ਅੰਮ੍ਰਿਤਸਰ ਤੋਂ ਬਰਾਮਦ ਹੋਈ 194 ਕਰੋੜ ਦੀ ਹੈਰੋਇਨ ਤੇ 194 ਕਿਲੋ ਹੈਰੋਇਨ ਬਰਾਮਦ ਹੋਈ ਹੈ। 194 ਕਰੋੜ ਨਹੀਂ, 194 ਕਿਲੋ ਹੈਰੋਇਨ ਬਰਾਮਦ ਹੋਈ ਹੈ। ਤਾਰ ਸਿਆਸਤ ਦੇ ਨਾਲ ਵੀ ਜੁੜਨ ਲੱਗੇ ਨੇ। ਦਰਅਸਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਜਿਸ ਕੋਠੀ ਤੋਂ ਅਰਬਾਂ ਦੀ ਡਰੱਗ ਬਰਾਮਦ ਹੋਈ, ਉਹ ਕੋਠੀ ਪਿਛਲੀ ਸਰਕਾਰ ਦੇ ਰਾਜ ਦੇ ਵਿੱਚ ਅਹਿਮ ਅਹੁਦੇ ਤੇ ਰਹੇ ਸ਼ਖਸ ਦੀ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ਕਿਹਾ ਕਿ ਨਸ਼ੇ ਦੇ ਗੋਰਖ ਧੰਦੇ ਦੇ ਵਿੱਚ ਸ਼ਾਮਿਲ ਕਿਸੇ ਪਾਰਟੀ ਦਾ ਕੋਈ ਵੀ ਆਗੂ ਅਗਰ ਸਾਹਮਣੇ ਆਇਆ ਤਾਂ ਬਖਸ਼ਿਆ ਨਹੀਂ ਜਾਏਗਾ। ਇੰਨਾ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਰਬਾਂ ਦੀ ਡਰੱਗਸ ਦੀ ਬਰਾਮਦਗੀ ਦੇ ਤਾਰ ਆਸਟ੍ਰੇਲੀਅਨ ਨਾਗਰਿਕ ਦੇ ਨਾਲ ਜੁੜੇ ਹੋਏ ਨੇ। ਇਸ ਨੂੰ ਇੰਟਰਪੋਲ ਨੇ ਇਟਲੀ ਤੋਂ ਕਾਬੂ ਕੀਤਾ ਤੇ ਗੁਜਰਾਤ ਪੁਲਿਸ ਇਸ ਨੂੰ ਦੇਸ਼ ਦੇ ਵਿੱਚ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਇਸ ਸ਼ਖਸ ਨੂੰ ਪੰਜਾਬ ਪੁਲਿਸ ਦੀ ਕਸਟਡੀ ਤੇ ਲੈ ਕੇ ਪੁੱਛ ਪੜਤਾਲ ਕੀਤੀ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੇ ਗੋਰਖ ਧੰਦੇ ਦੇ ਵਿੱਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਜਲਦੀ ਕਾਬੂ ਕੀਤਾ ਜਾਏਗਾ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਮਸਲੇ ਤੇ 44,500 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 35,500 ਨਸ਼ਾ ਤਸਕਰਾਂ ਤੇ NDPS ਐਕਟ ਦੇ ਤਹਿਤ ਵੱਖ ਵੱਖ ਤਰ੍ਹਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। 11,000 ਨਸ਼ਾ ਤਸਕਰ ਜੇਲ੍ਹਾਂ ਦੇ ਵਿੱਚ ਬੰਦ ਨੇ। ਪੰਜਾਬ ਸਰਕਾਰ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰੱਖੀ ਹੈ। Gujarat is involved, central agencies are involved, it is a large scale operation jira chal rahi hai. Hun jehde 8 bande Amritsar chaj giraftar hoye ne, there's one Afghan national in it, and this was in the house of a man who during the Akali regime he was made a member of the SS board, and we will also investigate the links, who made him, how he was made, ਕੌਣ ਇਨਵੋਲਵਡ ਹੈ, ਐਂਡ ਕਿਸੇ ਨੂੰ ਵੀ ਹੋਏ, ਕਿਸੇ ਪਾਰਟੀ ਦਾ ਹੋਏ, ਵੀ ਵਿਲ ਨੋਟ ਸਪੇਅਰ ਦਿਸ ਪੀਪਲ। 300 ਕਿਲੋਗ੍ਰਾਮਸ ਜਿਹੜੇ ਮਾਂਡਵੀ ਦੇ ਵਿੱਚ ਆਈ ਸੀ ਇਨ ਦਾ ਗੁਜਰਾਤ ਕੇਸ ਪੋਰਟ ਦੇ ਵਿੱਚ, ਜਿਸ ਉਹਦੇ ਵਿੱਚੋਂ 200 ਕਿਲੋਗ੍ਰਾਮ ਸਾਡੇ ਕੋਲ ਇੱਧਰ ਪੰਜਾਬ ਵਿੱਚ ਭੇਜਿਆ ਸੀ। ਦੈਟ ਵਾਜ ਦੀ ਪੁਲਿਸ ਹੈਜ਼ ਬੀਨ ਕੀਪਿੰਗ ਐਨ ਆਈ ਓਪਨ, ਹਰ ਪੱਖੋਂ ਹਾਲੇ ਇਨਵੈਸਟੀਗੇਸ਼ਨ ਚੱਲੀ ਰਹੀ ਹੈ, ਬਟ ਵੀ ਬਿਲੀਵ ਕਿ ਇਹ ਉਹ 300 ਕਿਲੋ ਦੇ ਵਿੱਚੋਂ ਇਹ ਇੱਥੇ ਭੇਜਿਆ ਗਿਆ ਸੀ, ਐਂਡ ਦਿਸ ਹੈਜ਼ ਬੀਨ ਅ ਸਕਸੈਸਫੁਲ। ਇਹਨੂੰ ਮਿਕਸ ਕਰਦੇ ਤੇ ਦਿਸ ਟੂ ਮਿਕਸ ਇਟ ਅਪ ਇਟ ਆਲ ਸੋਰਟਸ ਆਫ ਥਿੰਗਸ ਐਂਡ ਸੈਲ ਇਟ, ਖੁਦ ਉਹ ਭੇਜਿਆ ਸੀ। ਇਹਦਾ ਕਿੰਗ ਪਿੰਨ ਸੋਫਾ ਸੀਮਸ ਟੂ ਬੀ ਗਾਇਕ ਔਰ ਸੰਧੂ ਸੋਫਾ ਸੀਮਸ ਟੂ ਬੀ ਗਾਇਕ ਔਰ ਸੰਧੂ ਆਸਟ੍ਰੇਲੀਅਨ ਪਾਸਪੋਰਟ ਹੋਲਡਰ ਹੈ। ਇਹਨੂੰ ਇਟਾਲੀਅਨ ਪੁਲਿਸ ਨੇ ਔਨ ਦਿਸ ਇੰਟਰਪੋਲ ਦੀ ਲੁੱਕਆਊਟ ਨੋਟਿਸ 'ਤੇ ਇਹਨੂੰ ਗ੍ਰਿਫਤਾਰ ਕੀਤਾ ਹੋਇਆ, ਗੁਜਰਾਤ ਇਹਨੂੰ ਲੈ ਕੇ ਆਏਗੀ, ਐਂਡ ਉਸ ਤੋਂ ਬਾਅਦ ਅਸੀਂ ਉਹਨੂੰ ਵੀ ਵਿਲ ਟੇਕ ਕਸਟਡੀ ਆਫ ਹਿਮ ਹੇਅਰ ਟੂ ਇਨ ਫਰਦਰ ਇਨਵੈਸਟੀਗੇਟ ਦਿਸ, ਹੀ ਵਿਲ ਬੀ ਕਮਿੰਗ ਟੂ ਪੰਜਾਬ। ਇਹਨਾਂ ਤੋਂ ਇੱਕ ਲੜਕਾ ਫੜਿਆ ਗਿਆ ਸੀ, ਉੱਥੋਂ ਅਸੀਂ ਇਨਵੈਸਟੀਗੇਸ਼ਨ ਐਕਸਟ੍ਰੈਡੀਸ਼ਨ ਉਹਦੀ ਆ ਗਈ ਹੈ, ਹੀ ਇਜ਼ ਵਿਦ ਅਸ। ਇੱਕ ਹਾਂਗਕਾਂਗ ਦੇ ਵਿੱਚ ਹੈ। ਇਹ ਤੁਸੀਂ ਬਿਗ ਫਿਸ਼ ਦੀ ਗੱਲ ਕਰਦੇ ਹੋ ਕਿ ਵੇਅਰ ਆਰ ਦਾ ਬਿਗ ਫਿਸ਼, ਹੇਅਰ ਆਰ ਦਾ ਬਿਗ ਫਿਸ਼, ਜਿਹੜੇ ਮੈਂ ਤੁਹਾਨੂੰ ਦੱਸ ਰਿਹਾ।